ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਵਿਖੇ ਕੰਪਿਊਟਰ ਅਧਿਆਪਕਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ, ਜਿਸ ਦੇ ਚੱਲਦਿਆਂ ਅੱਜ ਕੰਪਿਊਟਰ ਅਧਿਆਪਕਾਂ ਨੇ ਲੁਧਿਆਣਾ ਬਠਿੰਡਾ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਪ੍ਰਦਰਸ਼ਨ ਕੀਤਾ ਹੈ। ਕੰਪਿਊਟਰ ਆਪਾਂ ਆਪਣੇ ਦੁੱਖ ਦਰਦ ਸੁਣਾਉਣ ਲਈ ਮੁੱਖ ਮੰਤਰੀ ਕੋਲ ਆਏ ਹੈ, ਮੁੱਖ ਮੰਤਰੀ ਮਿਲਦਾ ਨਹੀਂ, ਇਸ ਕਰਕੇ ਸਾਨੂੰ ਮਜਬੂਰੀ ਚੌਂਕ ਘੇਰ ਕੇ ਸਾਨੂੰ ਆਵਾਜ਼ ਪਹੁੰਚਾਉਣੀ ਪੈ ਰਹੀ ਹੈ। ਮੁੱਖ ਮੰਤਰੀ ਪੰਜਾਬ ਛੱਡ ਕੇ ਦਿੱਲੀ 'ਚ ਜਸ਼ਨ ਮਨਾਉਣ ਜਾਂਦਾ ਹੈਗਾ, ਉੱਥੇ ਉਹਨਾਂ ਦਾ ਕੇਜਰੀਵਾਲ ਬਾਹਰ ਆਏਗਾ, ਜਿਹੜੇ ਉਹਦੇ ਆਪਦੇ ਸ਼ਹਿਰ ਦੇ ਵਿੱਚ ਭੁੱਖ ਹੜਤਾਲ 'ਤੇ ਬੈਠੇ 18 ਦਿਨਾਂ ਤੋਂ ਕੰਪਿਊਟਰ ਅਧਿਆਪਕ, ਉਹਨਾਂ ਕੋਲ ਆਉਣ ਨੂੰ ਉਹਦੇ ਕੋਲ 1 ਮਿੰਟ ਦਾ ਸਮਾਂ ਹੈ ਨਹੀਂ ਹੈਗਾ। ਇਹਨੂੰ ਪੰਜਾਬ 'ਚੋਂ ਕੱਢ ਦੇਣਾ ਚਾਹੀਦਾ ਮੁੱਖ ਮੰਤਰੀ ਨੂੰ ਪੰਜਾਬ। 13 ਸਾਲ ਹੋ ਗਏ ਜੀ ਕੰਪਿਊਟਰ ਅਧਿਆਪਕਾਂ 'ਤੇ ਕਾਨੂੰਨ ਦੀ ਪਾਲਣਾ ਨਹੀਂ ਹੋ ਰਹੀ। ਅਸੀਂ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹਾਂ। ਸਾਡੇ 'ਤੇ ਗਵਰਨਰ ਦੁਆਰਾ ਹਸਤਾਖਰਤ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ ਗਿਆ, ਜਿਹਦੇ ਤਹਿਤ 6ਵਾਂ ਪੇ ਕਮਿਸ਼ਨ ਲਾਗੂ ਨਹੀਂ ਹੋਇਆ, ਪੰਜਾਬ ਸਿਵਲ ਸਰਵਿਸ ਰੂਲ ਲਾਗੂ ਨਹੀਂ ਹੋਏ, ਕਿਸੇ ਸਾਥੀ ਨੂੰ ਮੈਡੀਕਲ ਰੀਵਰਸ ਮਿੰਟ ਨਹੀਂ ਮਿਲਦਾ, 150 ਤੋਂ ਵੱਧ ਕੰਪਿਊਟਰ ਅਧਿਆਪਕਾਂ ਦੀ ਡੈਥ ਹੋ ਚੁੱਕੀ ਹੈ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਭ ਨਹੀਂ ਮਿਲ ਰਿਹਾ ਅਤੇ ਉਹਨਾਂ ਦੇ ਪਰਿਵਾਰ ਰੁਲ ਰਹੇ ਹੈ। ਕਿੰਨੇ ਅਧਿਆਪਕ ਨੇ ਫੈਕਟਰ ਇਸ ਚੀਜ਼ ਨਾਲ? 100 ਤੋਂ ਵੱਧ ਕੰਪਿਊਟਰ ਅਧਿਆਪਕ ਦੀ ਡੈਥ ਹੋ ਚੁੱਕੀ ਹੈ, ਉਹਨਾਂ ਨੂੰ ਲਾਭ ਵੀ ਨਹੀਂ ਮਿਲਿਆ ਅਤੇ ਕੁੱਲ 640 ਕੰਪਿਊਟਰ ਅਧਿਆਪਕ ਹੈਗੇ ਜਿਹੜੇ ਪੰਜਾਬ ਸਰਕਾਰ ਦੀ ਇਸ ਨਾਸ ਇਨਸਾਫੀ ਨੂੰ ਭੁਗਤ ਰਹੇ ਨੇ। ਅੱਜ ਤੁਸੀਂ ਕੀ ਸੰਕੇਤਿਕ ਧਰਨਾ ਦੇ ਚੌਂਕ ਜਾਮ ਕੀਤਾ ਸੀ ਜਾਂ ਕੀ ਅਗਲੇ ਦਾ ਨੀਤੀ ਕੀ ਹੈ? ਸਾਡੀ ਜੀ ਲੜੀਵਾਰ ਭੁੱਖ ਹੜਤਾਲ ਚੱਲ ਰਹੀ ਹੈਗੀ, ਜਿਹੜੀ ਕਿ ਆਉਣ ਵਾਲੇ ਸਮੇਂ 'ਚ ਮਰਨਵਾਦ ਦੀ ਤਬਦੀਲ ਕਰ ਦਿੱਤੀ ਜਾਊਗੀ ਜੇਕਰ ਪੰਜਾਬ ਸਰਕਾਰ ਦੁਆਰਾ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਕਿੰਨੇ ਦਿਨ ਦਾ ਕੋਈ ਅਲਟੀਮੇਟਮ ਦਿੰਦੇ ਹੋ? ਅਲਟੀਮੇਟ ਇਹ ਹੈ ਜਦੋਂ ਤੱਕ ਸਿੱਖਿਆ ਵਿਭਾਗ 'ਚ ਮਰਜ ਕਰਦੇ ਹੋਏ 6ਵਾਂ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਜਾਂਦਾ, ਉਹ ਤੱਕ ਇਹ ਧਰਨਾ ਜਾਰੀ ਰਹੇਗਾ। ਲੋੜ ਪਈ ਤਾਂ ਪੱਕੀਆਂ ਇੱਟਾਂ ਲਾ ਕੇ ਪੱਕੇ ਘਰ ਬਣਾਵਾਂਗੇ ਡੀਸੀ ਦਫ਼ਤਰ ਸਾਹਿਬ। ਜਿਸ ਤਰ੍ਹਾਂ ਕਿ ਇਲੈਕਸ਼ਨ ਆਉਣ ਵਾਲੀ ਹੈ ਪੰਚਾਇਤੀ ਚੋਣਾਂ, ਕੀ ਉਹਨਾਂ ਦੇ ਵਿੱਚ ਵੀ ਕੋਈ ਇਹਨਾਂ ਵਿਰੋਧ ਕੀਤਾ ਜਾਊਗਾ? ਤੁਹਾਡੇ ਵੱਲੋਂ ਪਿੰਡੋ ਪਿੰਡੇ ਜਾ ਕੇ ਕੁਛ ਕੀਤਾ ਜਾਊਗਾ? ਸਾਰੇ ਪਿੰਡਾਂ ਵਿੱਚ ਜਾਇਆ ਜਾਊਗਾ, ਭਗਵੰਤ ਮਾਨ ਦੀ ਪੋਲ ਖੁੱਲ੍ਹੀ ਜਾਊਗੀ, ਮੁੱਖ ਮੰਤਰੀ ਦੀ ਪੋਲ ਖੁੱਲ੍ਹੀ ਜਾਊਗੀ, ਹਰਜੋਤ ਮੈਂ ਜਿਹਨੇ ਕਿ ਵਾਅਦਾ ਕੀਤਾ ਸੀਗਾ ਕਿ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਊਗਾ, ਇਹਨਾਂ 'ਤੇ ਪੰਜਾਬ ਸਿਵਲ ਸਰਵਿਸ ਲਾਗੂ ਕੀਤੇ ਜਾਣਗੇ, ਦੱਸਿਆ ਜਾਊਗਾ ਇਹ ਝੂਠਾ ਮੰਤਰੀ ਹੈ, ਇਹਨਾਂ ਨੂੰ ਵੋਟ ਨਾ ਪਾਈ ਜਾਵੇ। ਅਸੀਂ ਜੀ ਪਿਛਲੇ 18 ਦਿਨਾਂ ਤੋਂ ਇੱਥੇ ਸੰਗਰੂਰ ਬੈਠੇ ਹੋਏ ਹਾਂ, ਜਦੋਂ ਸਰਕਾਰ ਸਾਡੀ ਆਵਾਜ਼ ਨਹੀਂ ਸੁਣਦੀ, ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੰਦੀ, ਈਵਨ ਕਿ ਸਾਡੀ 12 ਤਰੀਕ ਨੂੰ ਮੀਟਿੰਗ ਵੀ ਹੋ ਚੁੱਕੀ ਹੈ ਪਰ ਉਹ 'ਚ ਵੀ ਸਾਨੂੰ ਕੁਛ ਵੀ ਨਹੀਂ ਮਿਲਿਆ, ਤਾਂ ਸਾਨੂੰ ਮਜਬੂਰਨ ਇਹ ਜਿਹੇ ਸਟੈਪ ਚੱਕਣੇ ਪੈਂਦੇ ਆ ਜਿਹਦੇ ਕਰਕੇ ਜਨਤਾ ਵੀ ਥੋੜ੍ਹੀ ਜਿਹੀ ਨਿਰਾਸ਼ ਹੁੰਦੀ ਹੈ। ਬਟ ਅਸੀਂ ਉਹਨਾਂ ਨੂੰ ਸਮਝਾ ਰਹੇ ਹਾਂ ਕਿ ਸਾਨੂੰ ਮਜਬੂਰ ਜਦੋਂ ਸਰਕਾਰ ਸਾਡੀ ਆਵਾਜ਼ ਨਹੀਂ ਸੁਣਦੀ ਤਾਂ ਸਾਨੂੰ ਮਜਬੂਰਨ ਇਹੋ ਜਿਹੇ ਸਟੈਪ ਚੱਕਣੇ ਪੈਂਦੇ ਆ। ਜਿਹੜੇ ਤੁਸੀਂ ਲੜੀਵਾਰ ਭੁੱਖ ਹੜਤਾਲ ਚਲਾ ਰੱਖੀ ਹੈ, ਕਿੰਨੇ ਬੰਦੇ ਤੁਹਾਡੇ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਨੇ? ਸਾਡੇ ਅੱਜ 5 ਜਣੇ ਭੁੱਖ ਹੜਤਾਲ 'ਤੇ ਬੈਠੇ ਸੀਗੇ ਜੀ, ਅੱਜ 5 ਵਜੇ ਉਹਨਾਂ ਤੋਂ ਅਗਲੇ 5 ਜਣੇ ਅਸੀਂ ਉਹਨਾਂ ਨੂੰ ਦੁਬਾਰਾ ਭੁੱਖ ਹੜਤਾਲ 'ਤੇ ਬਿਠਾਵਾਂਗੇ। ਸਾਡੀ 5 ਵਜੇ ਤੋਂ ਅਗਲੇ 5 ਵਜੇ ਤੱਕ ਭੁੱਖ ਹੜਤਾਲ ਚੱਲਦੀ ਹੈ। ਅੱਜ ਤੁਸੀਂ ਵਿੱਤ ਮੰਤਰੀ ਕੋਠੀ ਦਾ ਘਿਰਾਓ ਕਰਨ ਦੇ ਲਈ ਜਾ ਰਹੇ ਸੀ, ਰਸਤੇ ਤੋਂ ਰੋਕਿਆ ਗਿਆ, ਕੀ ਗਿਆ? ਹਾਂਜੀ, ਅਸੀਂ ਵਿੱਤ ਮੰਤਰੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸੀਗੇ ਪਰ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਜਲਦੀ ਤੁਹਾਡੀ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਉਸ ਤੋਂ ਬਾਅਦ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾਈ ਜਾਊਗੀ ਅਤੇ ਤੁਹਾਡੀ ਜਿਹੜੇ ਮੰਗਾਂ ਉਹਦਾ ਹੱਲ ਕੱਢੇ ਜਾਊਗਾ, ਇਸ ਕਾਰਨ ਅਸੀਂ ਇਸ ਧਰਨੇ ਨੂੰ ਸਮਾਪਤ ਕਰ ਦਿੱਤੇ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।